ਥਾਣਾ ਗੈਂਗਰੇਪ ਦੇ ਮੁਲਜ਼ਮਾਂ 'ਤੇ ਜੁੱਤੀਆਂ ਨਾਲ ਹਮਲਾ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਗੈਂਗਰੇਪ ਦੇ ਆਰੋਪੀਆਂ 'ਤੇ ਜੁੱਤੀਆਂ ਨਾਲ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਰੇਪ ਕਰਨ ਵਾਲੇ ਆਰੋਪੀ ਦੇ ਜੁੱਤੀ ਵੱਜੀ ਹੈ, ਜਿਸ ਨੇ ਆਪਣੇ 10 ਹੋਰ ਸਾਥੀਆਂ ਨਾਲ ਮਿਲ ਕੇ ਲੜਕੀ ਨਾਲ ਬਲਾਤਕਾਰ ਕੀਤਾ ਸੀ। ਹਮਲਾ ਕਰਨ ਵਾਲੇ ਯੂਥ ਅਕਾਲੀ ਨੇਤਾ ਦੱਸੇ ਜਾ ਰਹੇ ਹਨ। ਜੁੱਤੀ ਮਾਰਨ ਵਾਲੇ ਯੂਥ ਨੇਤਾ ਦਾ ਨਾਮ ਮੀਤਪਾਲ ਹੈ। ਆਰੋਪੀਆਂ 'ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਦੀ ਕਾਰਵਾਈ ਤੋਂ ਬਾਅਦ ਪੁਲਿਸ ਜਿਵੇਂ ਹੀ ਆਰੋਪੀਆਂ ਨੂੰ ਬਾਹਰ ਲੈ ਕੇ ਆਈ ਤਾਂ ਪਹਿਲਾਂ ਨਾਅਰੇਬਾਜ਼ੀ ਕੀਤੀ ਗਈ, ਫਿਰ ਜੁੱਤੀਆਂ ਨਾਲ ਹਮਲਾ ਕੀਤਾ ਗਿਆ। ਗੈਂਗਰੇਪ ਖਿਲਾਫ਼ ਪੰਜਾਬ ਭਰ ਦੇ ਲੋਕਾਂ ਵਿੱਚ ਗੁੱਸਾ ਹੈ ਅਤੇ ਇਹ ਜੁੱਤੀ ਦਾ ਹਮਲਾ ਵੀ ਉਸੇ ਗੁੱਸੇ ਦਾ ਰੂਪ ਹੈ। ਹਾਲਾਂਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਦੀ।